UGC nta nat master grader punjabi punjabi qualifying nature exam haryana teacher eligibility test ate hor imtihanana vich punjabi vishay di taiyari de layi channel nu zarur subscribe karo video nu like karo te doston de naal zarur share karo swagat hai ji toda sabda tode apne youtube channel jisda naam hai amit jandal ett 6994 postan de naal sambandhit bahut hi mahatvapurn update leke aaye ha ji tode layi ਇੱਕ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਵੱਲੋਂ ਇੱਕ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਹੈ ਜੀ ਕਿ ਸਕੂਲ ਸਿੱਖਿਆ ਵਿਭਾਗ ਵਿੱਚ ਈਟੀਟੀ ਕਾਟਰ ਦੀਆਂ 9594 ਅਸਾਮੀਆਂ ਦੇ ਲਈ 12 10 2022 ਨੂੰ ਵਿਗਿਆਪਨ ਦਿੱਤਾ ਗਿਆ ਸੀ ਅਤੇ 10 ਨਵੰਬਰ 2022 ਅਪਲਾਈ ਕਰਨ ਦੀ ਆਖਰੀ ਮਿਤੀ ਸੀ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਨ੍ਹਾਂ ਅਸਾਮੀਆਂ ਲਈ ਲਿਖਤੀ ਟੈਸਟ 5 ਮਾਰਚ 2023 ਹਾਂਜੀ ਡੇਟ ਨੋਟ ਕਰੋ ਜੀ 5 ਮਾਰਚ 2023 ਨੂੰ ਇਨ੍ਹਾਂ ਪੋਸਟਾਂ ਦੇ ਲਈ ਰਿਟਨ ਟੈਸਟ ਲਏ ਜਾਣੇ ਹਨ ਲਿਖਤੀ ਟੈਸਟ ਲੈਣ ਲਈ ਪ੍ਰੀਖਿਆ ਕੇਂਦਰ ਅਤੇ ਰੋਲ ਨੰਬਰ ਜਾਰੀ ਕਰਨ ਲਈ ਦਿਸ਼ਾ ਦਿਸ਼ਾ ਨਿਰਦੇਸ਼ ਬਾਅਦ ਵਿੱਚ ਦਿੱਤੇ ਜਾਣਗੇ ਇਨ੍ਹਾਂ ਅਸਾਮੀਆਂ ਦੇ ਰਿਟਨ ਪੇਪਰ ਦੀ ਡੇਟ ਸ਼ੀਟ ਹੈ ਜੋ ਇਸ ਤਰ੍ਹਾਂ ਸਭ ਤੋਂ ਪਹਿਲਾਂ 5 ਮਾਰਚ 2023 ਨੂੰ ਪੰਜਾਬੀ ਵਿਸ਼ੇ ਦਾ ਪੇਪਰ ਹੋਣਾ ਜਿਹੜਾ ਕੁਆਲੀਫਾਈਂਗ ਨੇਚਰ ਦਾ ਐਗਜ਼ਾਮ ਨਵਾਂ ਸ਼ੁਰੂ ਕੀਤਾ ਗਿਆ ਹੈ ਇਹਦਾ ਸਮਾਂ ਹੋਏਗਾ ਜੀ 1 ਘੰਟਾ 40 ਮਿੰਟ ਸਵੇਰੇ 10:00 ਵਜੇ ਤੋਂ ਲੈ ਕੇ 11:40 ਮਿੰਟ ਤੱਕ ਉਸ ਤੋਂ ਬਾਅਦ ਸਬਜੈਕਟ ਦਾ ਪੇਪਰ ਹੋਏਗਾ ਜੋ ਸ਼ਾਮ ਦੇ 2:00 ਵਜੇ ਸ਼ੁਰੂ ਹੋਏਗਾ ਤੇ 3:40 ਮਿੰਟ ਤੱਕ ਚੱਲੇਗਾ ਪੇਪਰ ਦੀ ਡੇਟ ਨੋਟ ਕਰੋ ਜੀ ਜੋ ਕੁਆਲੀਫਾਈਂਗ ਨੇਚਰ ਦਾ ਐਗਜ਼ਾਮ ਰੱਖਿਆ ਗਿਆ ਜਿਹਦੇ ਵਿੱਚ 100 ਪ੍ਰਸ਼ਨ ਹੋਣਗੇ ਤੇ 50% ਜੋ ਦੀ ਪਾਸਿੰਗ ਮਾਰਕਸ ਨੇ ਇਹ ਪੇਪਰ ਪਾਸ ਕਰਨ ਤੋਂ ਬਾਅਦ ਹੀ ਤੁਹਾਡਾ ਸਬਜੈਕਟ ਪੇਪਰ ਦੇ ਵਿੱਚ ਨੰਬਰ ਲੱਗੇਗਾ ਠੀਕ ਹੈ ਜੀ ਉਸ ਤੋਂ ਬਾਅਦ ਸਬਜੈਕਟ ਦਾ ਪੇਪਰ ਵੀ 1 ਘੰਟੇ ਦਾ 1 ਘੰਟੇ 40 ਮਿੰਟ ਦਾ ਹੋਵੇਗਾ ਜਿਹਦੇ ਵਿੱਚ ਤੁਹਾਨੂੰ 100 ਪ੍ਰਸ਼ਨ ਪੁੱਛੇ ਜਾਣਗੇ ਤੇ 200 ਨੰਬਰ ਦਾ ਇਹ ਪੇਪਰ ਹੋਵੇਗਾ ਬਾਕੀ ਟਰਮ ਐਂਡ ਕੰਡੀਸ਼ਨਸ ਨੇ ਜੋ ਉਹ ਪਹਿਲਾਂ ਵਾਲੀਆਂ ਹੀ ਰਹਿਣਗੀਆਂ ਮਹੱਤਵਪੂਰਨ ਇਨਫੋਰਮੇਸ਼ਨ ਹੈ ਜੀ ਕਿ ETT ਕਾਡਰ ਦੀਆਂ ਜੋ 5994 ਪੋਸਟਾਂ ਕੱਡੀਆਂ ਗਈਆਂ ਸਨ ਉਹਨਾਂ ਦੇ ਲਿਖਤੀ ਪੇਪਰ ਦੀ ਮਿਤੀ ਆ ਜੋ ਘੋਸ਼ਿਤ ਕਰ ਦਿੱਤੀ ਗਈ ਹੈ 5 ਮਾਰਚ 2023 ਨੂੰ ਇਹ ਦੋਵੇਂ ਪੇਪਰ ਲਈ ਜਾਣਗੇ ਵਿਦਿਆਰਥੀਆਂ ਦੇ ਮਨਨ ਦੇ ਵਿੱਚ ਡਾਊਟ ਸੀ ਕਿ ਪਹਿਲਾਂ ਕੁਆਲੀਫਾਈਂਗ ਪੇਪਰ ਪਾਸ ਕਰਨਾ ਹੋਏਗਾ ਉਸ ਤੋਂ ਬਾਅਦ ਦੂਜਾ ਹੋਏਗਾ ਤਾਂ ਪੂਰੀ ਜਾਣਕਾਰੀ ਵਿਭਾਗ ਨੇ ਕਲੀਅਰ ਕਰ ਦਿੱਤੀ ਹੈ ਜਿਕੇ ਦੋਨੋਂ ਪੇਪਰ ਤੋਂ ਇੱਕੋ ਹੀ ਦਿਨ ਹੋਣਗੇ ਦੋਨੇ ਪੇਪਰ ਤੁਹਾਡੇ ਇੱਕੋ ਹੀ ਦਿਨ ਲੈ ਜਾਣਗੇ ਸਬਜੈਕਟ ਪੇਪਰ ਵੀ ਅਤੇ ਪੰਜਾਬੀ ਦਾ ਕੁਆਲੀਫਾਈਂਗ ਨੇਚਰ ਦਾ ਜੋ ਐਗਜ਼ਾਮ ਹੈ ਉਹ ਵੀ ਤੁਹਾਡਾ ਇੱਕ ਦਿਨ ਦੇ ਵਿੱਚ ਹੀ ਤੁਹਾਡੇ ਦੋਵੇਂ ਪੇਪਰ ਹੋਣਗੇ ਸਮਾਂ ਵੀ ਦੱਸ ਦਿੱਤਾ ਗਿਆ ਹੈ ਕੁਆਲੀਫਾਈਂਗ ਨੇਚਰ ਦਾ ਜੋ ਐਗਜ਼ਾਮ ਹੈ ਪੰਜਾਬੀ ਵਿਸ਼ੇ ਦਾ ਇਹਦੀ ਤਿਆਰੀ ਇਸ YouTube ਚੈਨਲ ਦੇ ਉੱਪਰ ਸ਼ੁਰੂ ਕੀਤੀ ਜਾ ਚੁੱਕੀ ਹੈ 8-10 ਲੈਕਚਰ ਨੇ ਜੋ ਇਹਦੇ ਲਗਾਏ ਜਾ ਚੁੱਕੇ ਨੇ ਜੇਕਰ ਤੁਸੀਂ ETT ਕਾਡਰ ਦੀਆਂ ਪੋਸਟਾਂ ਭਰੀਆਂ ਨੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੋਸਤਾਂ ਦੇ ਨਾਲ ਸ਼ੇਅਰ ਕਰੋ ਪੰਜਾਬੀ ਕੁਆਲੀਫਾਈਇੰਗ ਨੇਚਰ ਦੇ एग्जाम ਦੀ ਪੂਰੀ ਤਿਆਰੀ ਦੇ ਲਈ ਯਾਦ ਰੱਖੋ ਤੁਹਾਡਾ ਆਪਣਾ ਚੈਨਲ ਜਿਸ ਦਾ ਨਾਮ ਹੈ ਅਮਿਤ ਜਿੰਦਲ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾ ਲਓ ਤਾਂ ਜੋ ਮੇਰੇ ਦੁਆਰਾ ਅਪਲੋਡ ਕੀਤੀ ਗਈ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ